ਬਣਾਉਣ ਦਾ ਢੰਗ ਆਉਣਾ ਚਾਹੀਦਾ ਹੈ। ਇਹ ਮੈਟਰ ਨਹੀਂ ਕਰਦਾ ਤੁਸੀਂ ਮਹਿਲਾਂ 'ਚ ਰਹਿੰਦੇ ਜਾਂ ਝੁੱਗੀਆਂ 'ਚ ਰਹਿੰਦੇ ਹੋ ਨਾ। ਅਤੇ ਮੈਂ ਤੁਹਾਨੂੰ ਦਿਖਾਉਣ ਲੱਗਾ ਵੀ ਜਿਹਨੇ ਜ਼ਿੰਦਗੀ ਜਿਉਣੀ ਹੈ ਉਹ ਜਿੱਦਾਂ ਵੀ ਜਿਉਂ ਸਕਦਾ ਹੈ ਨਾ। ਛੋਟੀ ਜਿਹੀ ਜ਼ਿੰਦਗੀ ਹੈ, ਇਹਨੂੰ ਹੱਸ ਖੇਡ ਕੇ ਜੀ ਲਓ ਯਾਰ। ਮਹਿਲਾਂ ਦੇ ਵਿੱਚ ਵੀ ਕਈ ਵਾਰ ਨੀਂਦ ਨਹੀਂ ਆਉਂਦੀ ਹੁੰਦੀ, ਅਤੇ ਜਿਹਨਾਂ ਨੂੰ ਨੀਂਦ ਆਉਣੀ ਹੁੰਦੀ ਹੈ ਉਹ ਐ ਨਹੀਂ ਪਤਾ ਕਿੱਥੇ ਰੜੇ ਮੈਦਾਨ 'ਚ ਵੀ ਨਹੀਂ ਜੀ, ਹੈ ਨਾ। ਆ ਦੇਖ ਛੋਟੀ ਜੀ ਮੇਰੀ ਬੱਚੀ, ਕੀ ਨਾਮ ਪੁੱਤਰ ਹੈ ਹੈ ਪੁੱਤ? ਅੱਛਾ, ਸਲਾਮ ਵਾਲੇਕੁਮ ਜੀ, ਕੀ ਨਾਮ ਤੁਹਾਡਾ? ਜੈਤੂਨ, ਦੇਖੋ ਜੀ ਤੁਹਾਡਾ ਕੀ ਨਾਂ ਹੈ ਬਾਈ? ਨਜ਼ੀਰ ਮੁਹੰਮਦ। ਦੇਖੋ ਜੀ ਕੋਈ ਇੱਥੇ ਮਹਿਲ ਨਹੀਂ ਬਣਾਇਆ ਹੋਇਆ ਹੈ ਨਾ, ਤੇ ਕੋਈ ਇੱਥੇ ਏਸੀ ਨਹੀਂ ਚੱਲਦਾ, ਤੇ ਕੋਈ ਸੰਖ ਮਲਮਲ ਨਹੀਂ ਲੱਗਿਆ ਹੋਇਆ। ਪਰ ਖੁਸ਼ੀ ਦਾ ਟਿਕਾਣਾ ਜਿਹਨੇ ਖੁਸ਼ ਹੋਣਾ ਨੇ ਆਦੇ ਛੱਲੀ ਦੇ ਵਿੱਚ ਵੀ ਖੁਸ਼ ਹੋਣਾ। ਕੀ ਹਾਲ ਹੈ ਵਰਤੋਏ? ਓ ਤੂੰ ਆ ਦੇਖ, ਆ ਮੇਰੀਆਂ ਭੈਣਾਂ। ਭੈਣ ਜੀ ਕੀ ਬਣ ਰਿਹਾ ਅੱਜ? ਟਮਾਟਰ ਤਾਂ ਬਣ ਰਹੇ ਨੇ, ਸਬਜ਼ੀ ਕੀ ਬਣਾਓਗੇ ਭੈਣੇ? ਕੀ ਨਾਂ ਤੁਹਾਡਾ? ਹੈ ਸਕੀਨਾ। ਓਕੇ ਓਕੇ ਓਕੇ, ਅੱਜ ਕੀ ਸਬਜ਼ੀ ਬਣਾਓਗੇ ਭੈਣੇ? ਬਸ ਕੱਲੇ ਟਮਾਟਰ? ਦੁੱਧ ਪਾਲੋਗੇ? ਠੀਕ ਹੈ। ਕੀ ਭੈਣ ਕੀ ਨਾਂ ਤੇਰਾ? ਹਲੀਨਾ। ਹਲੀਮਾ ਹਲੀਮਾ, ਭੈਣ ਤੇਰਾ ਨਾਂ ਕੀ ਹੈ? ਸੰਗਦੀ ਹੈ ਨਾ। ਆ ਦੇਖੋ ਆਹ ਮਾਹੌਲ ਜਿਹਾ ਕਿੱਥੋਂ ਮਿਲਣਾ ਹੈ ਤੁਹਾਨੂੰ ਬਾਈ ਜੀ? ਵਧੀਆ ਲੱਗਦਾ। ਅੱਛਾ, ਇਹ ਕਿਸੇ ਜ਼ਿਮੀਂਦਾਰ ਦਾ ਖੇਤ ਹੈ, ਬਸ ਰੁਕ ਗਏ ਹੈ ਨਾ ਇੱਥੇ 4 ਦਿਨ 4 ਦਿਨ। ਉਦੋਂ ਬਾਅਦ ਕਿੰਨੇ ਦਿਨ ਹੋਊਗੇ? ਪੂਰੇ 1-2 ਦਿਨ ਰਹਾਂਗੇ, ਫਿਰ ਅੱਗੇ ਚਲ ਜਾਣਾ ਹੈ ਕੰਮ ਦਾ। ਆ ਦੇਖ ਲਓ ਇਹ ਜਿਹੜੇ ਡਿਪਰੈਸ਼ਨ ਦੀਆਂ ਗੋਲੀਆਂ ਲੈ ਕੇ ਸੌਂਦੇ ਹੈ ਨਾ, ਉਹ ਮੇਰੀ ਭੈਣ ਇੱਥੇ ਨਮਾਜ਼ ਪੜ੍ਹੀ ਜਾਂਦੀ ਹੈ ਨਾ। ਜਿਹਨੇ ਅੱਲਾ ਤਾਲਾ ਰੱਬ ਤੇ ਹੋਣਾ ਹੁੰਦਾ ਹੈ ਉਹਦੇ ਲਈ ਕੋਈ ਮੱਕਾ ਮਸਜਿਦ ਜ਼ਰੂਰ ਨਹੀਂ ਹੁੰਦਾ। ਅੱਛਾ ਆਹ ਮੇਰੀ ਭੈਣ, ਕੀ ਨਾਂ ਭੈਣ ਤੇਰਾ? ਹੈ ਜਰੀਨਾ। ਇੱਕ ਦਾ ਨਾਂ ਅਲੱਗ ਅਲੱਗ ਨਾਂ ਹੈ ਨਾ, ਸਕੀਨਾ, ਇਹਦਾ ਨਾਂ ਹਲੀਮਾ ਹੈ ਨਾ। ਅੱਛਾ ਜਿਹੜੇ ਆ ਤੁਹਾਡੇ ਆ ਮੁਰਗੇ ਵਗੈਰਾ ਨਾਲ ਹੀ ਫਿਰ ਤੁਹਾਡੇ ਨੇ? ਅੱਛਾ ਅੱਛਾ, ਖੁਸ਼ ਨੇ ਪੂਰੀਆਂ। ਇਹ ਬਾਈ ਜੀ ਤੁਹਾਡੇ ਕੀ ਲੱਗਦੇ ਨੇ? ਆ ਭੈਣ ਮੇਰੀ, ਇਹ ਕੁੜੀ ਭੂਆ ਹੀ ਲੱਗਦੀ ਰਿਸ਼ਤੇ 'ਚ। ਇਹ ਭੂਆ ਹੈ? ਅੱਛਾ ਅੱਛਾ, ਓਕੇ ਓਕੇ ਓਕੇ। ਇਹ ਬੱਚੇ? ਇਹ ਮੇਰਾ ਮੁੰਡਾ ਹੈਗਾ ਇੱਕ। ਅੱਛਾ, ਉਹ ਤੁਹਾਡਾ ਮੁੰਡਾ? ਤੇ ਤੁਹਾਡੀ ਲਾਣੇਦਾਰਨੀ ਹਲੀਮਾ? ਸਕੀਨਾ ਮੇਰੀ ਸਾਲੀ। ਸਕੀਨਾ ਸਾਲੀਆ ਹੈ? ਓਕੇ ਓਕੇ ਓਕੇ। ਸਾਡੂ ਨਾਲ ਜੀਜਾ ਤੇਰੀ ਲੱਖ ਲਾਗ ਡਾਟ, ਪਰ ਸਾਲੀ ਨਾਲ ਤੇਰੀ ਕੀ ਬੰਦੂਕ ਚੱਲੀ ਹੈ? ਹੈ ਸਕੀਨਾ, ਮਜ਼ਾਕ ਕਰਦੀ ਨੀ ਇਹਨੂੰ ਜੀਜੇ ਨੂੰ? ਗੁੱਸਾ ਕਰਦਾ ਹੈ? ਗੁੱਸਾ ਕਰਦਾ ਹੈ? ਕਦ ਗੁੱਸਾ ਕਰਦਾ? ਮੈਂ ਗੁੱਸਾ ਨਹੀਂ ਕਰਦਾ, ਗਰਮੀ ਕਰਕੇ ਹੋ ਜਾਂਦਾ ਉਹ ਨਹੀਂ। ਦੱਬ ਵਿੱਚ ਕਹਿੰਦਾ, ਗੱਡੀ ਵਿੱਚ ਦੱਬ ਵਿੱਚ ਟੰਗ ਕੇ ਗੱਡੀ ਚ ਬਹਿ ਗਿਆ, ਵੀ ਵਿਆਹ ਵਿੱਚ ਕੰਮ ਕੀ ਰਵਾਲ ਵਰਦਾ ਨਾ। ਬਸ ਵੇਲੋ ਸਾਡੂਆਂ ਤੇ ਧੱਕ ਪਾਉਣੀ ਏ, ਸਹੁੰ ਤੇ ਲੱਗੇ ਫੈਰ ਨੀ ਮੈਂ ਕਰਦਾ। ਠੀਕ ਹੈ, ਕਿੰਨੇ ਬੰਦੇ ਰੋਟੀ ਲਾਉਣੇ? ਅੱਛਾ ਅੱਛਾ ਅੱਛਾ, ਇਹ ਲਾਣੇਦਾਰੇ ਤੇਰੀ ਹੈ? ਕਿਆ ਬਾਤ ਆ ਜੀ, ਪਰ ਖੁਸ਼ ਨੇ ਨਾ। ਮੈਂ ਤੁਹਾਨੂੰ ਦੇਖਿਆ ਵੀ ਜਿਹੜੇ ਬੰਦਿਆਂ ਕੋਲੇ ਮਹਿਲ ਨੀ, ਏਸੀ ਨੀ, ਕਾਰਾਂ ਨੀ, ਦੌਲਤਾਂ ਨੀ, ਸਹੂਲਤਾਂ ਨੀ, ਉਹ ਬੜੇ ਖੁਸ਼ ਹੁੰਦੇ ਆ। ਕਿਆ ਸਕੀਨਾ, ਠੀਕ ਹੈ ਭੈਣੇ? ਬਸ 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 ਬਸ, ਸਹੀ ਗੱਲ ਹੈ ਭੈਣ ਮੇਰੀ ਹੈ ਨਾ। ਆ ਜਵਾਕ ਨੇ ਜਿਹਨੇ ਖੁਸ਼ ਹੋਣਾ ਹੈ ਨਾ। ਕੀ ਕਹਿੰਦੇ? ਹੈ ਆ ਦੇਖ ਲੈ ਸਕੀਨਾ,
ਬਹੁਤ ਸਾਰੀਆਂ ਤੁਸੀਂ ਪੰਜਾਬੀ ਫਿਲਮਾਂ ਦੇਖੀਆਂ ਹੋਣਗੀਆਂ, ਪੰਜਾਬੀ ਫਿਲਮਾਂ ਦੇ ਵਿੱਚ ਇੰਨਾ ਹੁਸਨ ਇੰਨਾ ਨੂਰ ਨਹੀਂ ਆਇਆ ਹੋਣਾ, ਮੇਕਅਪ ਕਰਨ ਤੋਂ ਬਾਅਦ ਵੀ ਇੰਨਾ ਇੰਨੀ ਸੋਹਣੀ ਨਹੀਂ ਤੁਹਾਨੂੰ ਕੋਈ ਕੁੜੀ ਦਿਖਦੀ ਹੋਣੀ, ਮੇਰੀ ਭੈਣ ਤੇ ਕਿੰਨਾ ਹੁਸਨ ਹੈ, ਪਰ ਇਹਨੂੰ ਪਤਾ ਵੀ ਅੰਦਰੋਂ ਦਿਲ ਦੀ ਸਾਫ ਹੈ, ਮੱਝਾਂ ਚਾਰਦੀ ਹੈ ਨਾ, ਸਕਿਨ ਰੋਜ਼ ਮੱਝਾਂ ਚਾਰਦੀ ਹੈ। ਅੱਛਾ ਕਿੱਥੇ ਹੋ, ਕਿੱਥੇ? ਅੱਛਾ ਉਹਤੇ ਰੋ ਰੂ ਮਰਦੀ ਪੱਕਾ, ਉਹਤੇ ਰੋ ਮਾਰ ਕੇ ਰੱਖਿਆ ਪੱਕਾ, ਹੈ ਡਰਾ ਕੇ ਰੱਖਿਆ? ਨਵਾਂ ਨਵਾਂ ਹੌਲੀ ਹੌਲੀ ਮਾਰ ਲੱਗ ਜੀ, ਨਾ ਸਹੀ ਗੱਲ ਹੈ ਕਿ ਸ਼ਾਮੀ ਲੇਟ ਹੋ ਜਾਏ ਕੀ ਮਜਾਲ ਉਸਦੀ, ਮੈਂ ਲੈਨੀ ਆ ਕਲਾਸ ਰੀਝਾਂ ਨਾਲ ਉਸਦੀ, ਹੋਰਾਂ ਉੱਤੇ ਬਾਹਰੇ ਉਹ ਜਮਾਉਂਦਾ ਹੋਣਾ ਧੌਸ ਪਰ ਪਾਣੀ ਮੇਰਾ ਭਰਦਾ ਫਿਰੇ, ਉਂਝ ਦੱਬ ਚ ਰਿਵਾਲਵਰ ਰੱਖੇ ਮੇਰਾ ਜੱਟ ਘਰੇ, ਬੇਲ ਨੀ ਤੋਂ ਡਰਦਾ ਫਿਰੇ, ਬੇਲ ਨਾ ਵਾਹੇ ਕਦੇ ਤੇ। ਆਹ ਦੇਖ ਲੈ ਹਰਵੀਰ, ਕੁੜੀਆਂ ਕਿੰਨੀਆਂ ਖੁਸ਼ ਨੇ ਦੇਖਣਾ ਸਿੱਧੂ ਸਾਹਿਬ, ਆਹ ਦੇਖ ਲੈ ਆਹ ਚੁੱਲ੍ਹਾ ਆਪਣੇ ਵਾਲੇ ਕਦੇ ਹੈ, ਸਾਡੇ ਤਾਂ ਪੂਰਾ ਵੇਲਣਾ ਪੈਂਦਾ ਸੌਣ ਲੱਗੇ, ਹੈ ਪਿਓਰ ਦੇ ਕੋਈ ਸੂਟ ਨੀ ਆਹ ਬਣੇ ਕੀ ਕਹਿੰਦਾ ਬਾਈ, ਆਹ ਵੀ ਸਹੀ ਗੱਲ ਹੈ। ਐਕਚੁਲੀ ਪਤਾ ਕੀ ਚੱਕਰ ਹੈ ਬਾਈ, ਬਾਈ ਦੀ ਗੱਲ ਸਹੀ ਹੈ ਕਿ ਜਿੰਨੇ ਤੁਸੀਂ ਵੱਡੇ ਹੋਈ ਜਾਓਗੇ, ਹਰਵੀਰ ਕਹਿੰਦਾ ਹੁੰਦਾ ਬਾਈ ਲੋੜਾਂ ਤੇ ਇਛਾਵਾਂ ਬਾਰੇ ਕੀ ਕਹਿੰਦੇ ਸੀ, ਲੋੜਾਂ ਪੂਰੇ ਹੋ ਜਾਂਦੇ ਨੇ ਸਾਹਮਣੇ ਨੀ ਪੂਰੇ ਹੁੰਦੇ, ਹਾਂ ਲੋੜਾਂ ਪੂਰੇ ਹੋ ਗਏ ਤੁਸੀਂ ਖੁਸ਼ ਹੋ ਜਾਓਗੇ, ਇੱਥੇ ਵੀ ਖੁਸ਼ ਹੋ ਜਾਓਗੇ, ਸਾਹਮਣੇ ਕੁਛ ਨਹੀਂ ਹੈਗਾ ਵੀਰੇ, ਪਹਿਲਾਂ ਵਾਲੇ ਕੀ ਲੈ ਗਏ, ਕੁਛ ਨੀ ਲੈ ਗਏ, ਸਾਰਾ ਕੁਛ ਇਹ ਕੋਠੀਆਂ ਇਹ ਜ਼ਮੀਨਾਂ ਬਿਲਕੁਲ ਬਿਲਕੁਲ ਬਿਲਕੁਲ। ਹਰਵੀਰ ਸਿੱਧੂ ਹਮੇਸ਼ਾ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਵੀ ਲੋੜਾਂ ਤੇ ਇਛਾਵਾਂ ਚ ਬਹੁਤ ਫਰਕ ਹੈ, ਲੋੜਾਂ ਆ ਨੇ ਰੋਟੀ ਹੈ ਹਨਾ, ਆ ਤੱਲੇ ਟਮਾਟਰ ਖੁੱਲੀ ਬਣੇ ਦਿਖਾਈ, ਟਮਾਟਰਾਂ ਚ ਤਰੀ ਪਾ ਲਓ ਹਨਾ, ਪਾਣੀ ਪਾ ਕੇ ਦੁੱਧ ਪਾ ਲਓ ਤੇ ਖਾ ਲਓ, ਢਿੱਡ ਭਰ ਜੂਗਾ, ਇਹ ਹੁੰਦੇ ਲੋੜਾਂ। ਇਛਾਵਾਂ ਵੱਡੀ ਗੱਡੀ ਲੈ ਲਈ ਹੋਰ ਵੱਡੀ ਗੱਡੀ ਹਨਾ, ਫਿਰ ਹਨਾ ਹਰਵੀਰ ਬਾਈ, ਹਾਂ ਉਹ ਕਦੇ ਨੀ, ਉਹ ਰਾਜੇ ਮਹਾਰਾਜਾ ਨੀ ਪੂਰੇ ਹੋਏ, ਆ ਪੂਰੇ ਖੁਸ਼ ਨੇ ਬਾਈ। ਰਾਤ ਨੂੰ ਮੱਛਰ ਨੀ ਲੜੋ ਤੁਹਾਡੇ, ਆਹ ਦੇਖੋ ਜੀ ਨੂਰ ਦੇਖ ਲੋ ਚਿਹਰਿਆਂ ਤੇ, ਸਕੀਨਾ ਲੱਗਦਾ ਨੀ ਜਿਵੇਂ ਉਹ ਆਪਣੇ ਉਹ ਕਿਹੜੀ ਫਿਲਮ ਸੀ ਉਹ ਆਪਣੀ ਸੋਰੀ ਸਨੀ ਦਿਓਲ ਦੀ ਕਿਹੜੀ ਫਿਲਮ ਸੀ ਗਦਰ ਫਿਲਮ ਦੇ ਵਿਚ ਸਕੀਨਾ ਹਨਾ, ਤੇ ਆ ਸਾਡੀ ਭੈਣ ਸਹੀ ਗੱਲ ਹੈ, ਸਹੀ ਗੱਲ ਬਾਈ, ਜਿਉਂਦੇ ਬਾਅਦ ਰੋ ਰੱਬ ਤਰੱਕੀਆਂ ਦੇਵੇ ਤੇ ਦੁੱਧ ਬਾਅਦ ਵਧੀਆ ਇਹਨਾਂ ਦਾ ਸਾਰਾ, ਹੁਣ ਤਾਂ ਵੀਰੇ ਹੈ ਨੀ ਪਰ ਹੁਣ ਸੁਬਾ ਪਊਗਾ ਫਿਰ ਚੱਲ ਹੋ ਜਾਂਦਾ 20 ਲੀਟਰ 15 ਲੀਟਰ। ਓਕੇ ਓਕੇ, ਤੇ ਆ ਜਿਹੜੇ ਜ਼ਿਮੀਦਾਰ ਨੇ ਤੁਹਾਨੂੰ ਇੱਥੇ ਬਿਠਾਇਆ ਉਹਨੂੰ ਵੀ ਬਾਈ ਸਲੂਟ ਹੈ ਨਾ, ਉਹਨੂੰ ਵੀ ਉਹਦਾ ਧੰਨਵਾਦ ਕਰਦੇ ਆਪਾਂ ਵੀਰੇ, ਬਹੁਤ ਚੰਗੇ ਬੰਦੇ ਨੇ, ਬਹੁਤ ਬਹੁਤ ਹੀ ਚੰਗੇ ਬੰਦੇ ਨੇ ਜ਼ਿਮੀਦਾਰ ਵਿਚਾਰੇ, ਇਹਨਾਂ ਕਰਕੇ ਤਾਂ ਆਪਾਂ ਤੁਰੇ ਫਿਰਦੇ ਹਾਂ ਯਾਰ, ਨਹੀਂ ਤਾਂ ਕਿਹੜਾ ਬਣ ਦਿੰਦਾ ਕਿਤੇ, ਦੇਖ ਲਾ ਉੱਥੇ ਕਿਸਾਨੀ ਧਰਨਾ ਲੱਗਿਆ ਹੈ ਨਾ, ਉਹਦੇ ਖਾਤਰ ਆਪਾਂ ਪੂਰੇ ਉਹਨਾਂ ਨੂੰ ਉਹਨਾਂ ਨਾਲ ਸਹਿਮਤ ਆ, ਨਹੀਂ ਬਿਲਕੁਲ ਬਿਲਕੁਲ ਉੱਥੇ ਜਾ ਉਹਨਾਂ ਨੂੰ ਜਾ ਰਿਹਾ, ਉੱਧਰ ਸਾਡੇ ਬੰਦੇ ਵੀ ਜਾ ਰਹੇ ਨੇ ਦਿੱਲੀ ਵੀ ਜਾ ਕੇ। ਅੱਛਾ ਅੱਛਾ ਅੱਛਾ, ਕਿਆ ਬਾਤ ਹੈ ਜੀ, ਲਓ ਜੀ ਆ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਚ ਤੁਹਾਨੂੰ ਦੇਖਣ ਨੂੰ ਨੀ ਮਿਲਣਾ, ਏਦਾਂ ਦਾ ਮਾਹੌਲ ਹਨਾ ਕ੍ਰੀਏਟ ਕਰਨਾ ਪੈਂਦਾ ਸਿੱਧੂ ਸਾਹਿਬ, ਏਦਾਂ ਦਾ ਮਾਹੌਲ ਕ੍ਰੀਏਟ ਕਰਨਾ ਪੈਂਦਾ, ਤੇ ਆਹ ਦੇਖੋ ਤੁਹਾਨੂੰ ਮਾਹੌਲ ਬਣਿਆ ਮਿਲਿਆ ਹੈ ਨਾ, ਤੇ ਭੈਣੇ ਮੇਰੇ ਰੋਟੀ ਲਾਉਂਗੇ ਤੋ ਹੈ ਸਕਿਨਾ ਪੱਕਾ, ਕਿਉਂ ਚਟਿਆ, ਕਿਆ ਬਾਤ ਹੈ ਕਿਆ ਬਾਤ ਹੈ, ਲਓ ਜੀ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ, ਜਿੱਥੇ ਜਾਂਦੇ ਨੇ ਉੱਥੇ ਪੰਜਾਬ ਬਣਾ ਲੈਂਦੇ ਆਪਣਾ, ਭੂਆ ਸੰਗਦੇ ਥੋੜੀ ਨਾ, ਤੁਹਾਡੀ ਭੂਆ ਹੈ ਨਹੀਂ, ਇਹ ਬਾਈ ਹਰਵੀਰ ਦਿਖਾਉਣਾ ਨੀ ਚਾਹੁੰਦਾ, ਦਿਖਾਵਾ ਨੀ ਕਰਦਾ ਇਹ, ਨਾ ਚੱਲ ਚੱਲ ਕੋਈ ਨੀ, ਨਹੀਂ ਚੱਲ ਕੋਈ ਨੀ ਕੋਈ ਨੀ। ਅੱਛਾ ਭੈਣ ਨਮਾਜ਼ ਪੜ੍ਹਦੀ ਉਧਰ, ਏਦਾਂ ਦਾ ਪੰਜਾਬ ਤੁਹਾਨੂੰ ਕਿਤੇ ਦੇਖਣਾ, ਭੂਆ ਸਲਾਮ ਵਾਲੇਕੁਮ, ਇਹ ਭੂਆ ਏਡੀ ਛੋਟੀ ਉਮਰ ਚ ਭੂਆ ਕਿਵੇਂ, ਅੱਛਾ ਅੱਛਾ ਭੂਆ ਸਲਾਮ ਵਾਲੇਕੁਮ ਕਿਹਾ, ਵਾਲੇਕੁਮ ਸਲਾਮ ਨੀ ਕਿਹਾ, ਭੂਆ ਤਾਂ ਉਹ ਚੱਕੀ ਫਿਰਦੇ ਹਥਿਆਰ ਆ, ਚਲੋ 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 ਚਲੋ।
ਹੈਨਾ ਆ ਪੰਜਾਬ ਕਿੱਥੇ ਯਾਰ ਮਿਲੂਗਾ ਇਦਾਂ ਦਾ ਪੰਜਾਬ ਇਦਾਂ ਦਾ ਮਾਹੌਲ। ਠੀਕ ਹੈ ਬਾਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਸਲਾਮ ਅਲੈਕਮ। ਮਾਹੌਲ ਬਣਾ ਕੇ ਰੱਖਿਆ ਕਰੋ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਪੰਜਾਬ ਦਾ ਹਰ ਰੰਗ ਦਿਖਾਈਏ। ਕੀ ਹਾਲ ਹੈ ਸਰ? ਵਧੀਆ ਹਰਵੀਰ ਹਟਦਾ ਨੀ ਫਿਰ ਵੀ ਚਲੋ ਵਧੀਆ ਗੱਲ ਹੈ ਵਧੀਆ ਗੱਲ ਹੈ ਵਧੀਆ ਗੱਲ ਹੈ। ਆਹ ਦੇਖ ਲੋ ਜੀ ਜਿਹਨੂੰ ਲੱਗਦਾ ਨਾ ਕਿ ਜਿਹੜੇ ਘਰੇ ਰੋਜ਼ ਕਲੇਸ਼ ਕਰਦੇ ਨੇ ਵਾਸ਼ਿੰਗ ਮਸ਼ੀਨ ਨੀ ਲਿਆਂਦੀ ਏਸੀ ਨੀ ਚੱਲਦਾ ਹਨਾ ਆਹ ਨੀ ਵਾਲ ਪੇਪਰ ਨੀ ਲਵਾਇਆ ਜੀ ਵਾਲ ਪੱਟੀ ਨੀ ਕਰਾਈ ਫਲਾਨਾ ਨੀ ਕਰਾਇਆ ਮਹਿਲ ਨੀ ਬਣਾਏ ਉਹਨਾਂ ਲੋਕਾਂ ਲਈ ਹੈ ਜੀ ਇਹ ਮੀਆਂ ਜੀ ਜਿਉਂਦੇ ਬਦਰੋ। ਇਹ ਆਪਣੀ ਭੈਣ ਜੀ ਅੱਛਾ ਭੈਣ ਜੀ ਸਲਾਮ ਵਾਲੇਕੁਮ ਜੀ ਕੀ ਨਾਂ ਸਾਡਾ ਸਕੀਨਾ ਇੱਕ ਉਹ ਸਕੀਨਾ ਹੈ ਅੱਛਾ ਅੱਛਾ ਬਾਈ ਜੀ ਕਿੱਦਾਂ ਪੂਰਾ ਰੋਹਬ ਜਮਾ ਕੇ ਰੱਖਿਆ ਭੈਣ ਭੈਣੇ ਤਕਲੇ ਵਾਂਗੂ ਸਿੱਧਾ ਕਰਕੇ ਰੱਖਿਆ ਕਿ ਨਹੀਂ ਪੱਕਾ ਹੈ ਚਲੋ ਸੰਗਣਾ ਸੁਣਵਾਉਣਾ ਸਾਡੀਆਂ ਮੁਟਿਆਰਾਂ ਦੇ ਹਿੱਸੇ ਆਏ ਹੋਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਵ ਜੀ ਜਿਉਂਦੇ ਵੱਧ ਰਹੋ ਤੇ ਜ਼ਿੰਦਗੀ ਬਾਈ ਜਨ ਜਿੰਦਾਬਾਦ ਇੱਕ ਵਾਰ ਕਹੋ ਕਿ ਜ਼ਿੰਦਗੀ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ ਸਕੀਨਾ ਭੈਣੇ ਕਿਹਾ ਜ਼ਿੰਦਗੀ ਜ਼ਿੰਦਗੀ ਜਿੰਦਾਬਾਦ ਕਿਹੋ ਜੀ ਇੱਕ ਵਾਰ ਜ਼ਿੰਦਗੀ ਭੂਆ ਭੂਆ ਥੋੜੀ ਸੰਗਦੀ ਹੈ ਜ਼ਿੰਦਗੀ ਜਿੰਦਾਬਾਦ ਚਲੋ ਕੋਈ ਨੀ ਨਾ ਨਾ ਬਸ ਵੀਰੇ ਜਾਂਦੇ ਰਹੋ। ਆਹ ਦੇਖ ਲਓ ਚਾਹ ਬਣਾਈਏ ਕਹਿੰਦਾ ਨਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਵੀ ਚਾਹ ਨਾ ਬਣਾਈਏ ਹਨਾ ਇਹ ਕਹਿੰਦੇ ਚਾਹ ਬਣਾਈਏ ਉੱਪਰ ਖੁੱਲਾ ਆਸਮਾਨ ਹੈ ਜੀ ਕੋਈ ਸੱਤ ਨੀ ਕੋਈ ਮਹਿਲ ਨੀ ਕੋਈ ਏਸੀ ਨੀ ਸਲੂਟ ਆ ਬਸ ਜਿਉਂਦੇ ਵੱਧ ਰਹੋ ਜ਼ਿੰਦਗੀ ਜਿੰਦਾਬਾਦ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇੱਕ ਰੋਟੀ ਖਾ ਕੇ ਜਾਵਾਂਗੇ ਭੈਣੇ ਤੁਹਾਡੇ ਕੋਲ ਠੀਕ ਹੈ ਨਹੀਂ ਨਹੀਂ